ਕਪੜੇ ਦੇ ਵਿੱਚ ਮੱਖੀ ਜੀ ਫਿਲਟਰ ਹੋ ਰਹੀ ਹੈ ਸਾਰੇ ਸਮਾਨ ਕਿਹੜਾ ਭਲਾ ਮੇਰੀ ਤੇ ਮੈਮਰੀ ਫੁੱਲ ਹੋ ਗਈ ਹੈ ਤੇ ਇਹ ਉਸਤਾਦ ਦੇ ਮੋਹਤਰਮ ਜਿਹੜੇ ਬਾਲਟੀ ਘੜੀ ਉਹ ਤੁਹਾਡੇ ਵਾਲੀ ਐਮਲ ਸਭ ਦੇਖੋ ਦੇ ਪਰਾ ਪਈ ਹੈ ਬਾਲਟੀ ਬੰਦੇ ਨੇ ਬੋਲੀ ਜਾਓ ਮਾਸ਼ਾਅੱਲਾ ਕਮੀਜ਼ ਵੀ ਲਾਤੀ ਹੈ ਕੋਈ ਉੱਤੇ ਨਕਾਬ ਨਕੂਬ ਯਾਸੀਨ ਭਾਈ ਨੇ ਕਮੀਜ਼ ਉਤਾਰ ਦੀ ਹੈ ਜੀ ਕਮੀਜ਼ ਉਤਾਰ ਕੇ ਸ਼ਾਇਦ ਕਾ ਛਤਾ ਉਤਾਰਨੇ ਲੱਗੇ ਹੈ क्यों नहीं बननी जनाब लाने के थले ਮੇਰਾ ਦਿਲ ਵੀ ਕਰਦਾ ਹੁਣ ਮੈਂ ਨਸ ਜਾਵਾਂ ਹੱਥੋਂ ਸੇ ਮੱਖੀਆਂ ਟਾਏ ਜੀ ਆਹ ਵੇਖੋ ਜੀ ਇਹ ਦੇਖਣਾ ਜੀ ਹੱਥੋਂ ਸੇ ਮੱਖੀਆਂ ਟਾਏ ਆਹ ਵੇਖੋ ਜੀ ਇਹ ਆਂਦਾ ਪਿਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਹ ਲਓ ਜੀ ਰਾਤ ਲੈ ਕੇ ਆਂਦ ਰਹੇ ਹਾਂਜੀ ਹਾਂਜੀ ਤੁਹਾਨੂੰ ਮੈਂ ਇਹ ਨਹੀਂ ਆਖੇ ਮੇਰੇ ਤੋਂ ਸੁੱਟੋ ਅੱਛਾ ਜੀ ਹਾਂ ਆ ਜੀ ਬਾਲਟੀ ਹੈ ਆਹ ਮੁਹੰਮਦ ਯਾਸੀਨ ਹੈ ਬਗੈਰ ਦੋਵੇਂ ਤੋਂ ਬਗੈਰ ਸਾਰੇ ਸ਼ਹਿਰ ਤੋਂ ਮਾਖੀ ਤੋਂ ਅੱਖੀ ਸਾਹਮਣੇ ਲੈ ਆਉਂਦਾ ਹੈ ਜੋ ਹਾਲੇ ਵੀ ਇਤਬਾਰ ਨਾ ਹੋਵੇ ਤਾਂ ਮੁੜ ਨਾ ਹੋਵੇ ਮੈਂ ਹੁਣ ਕੀ ਕਰਾਂ ਸਮਝ ਆ ਗਈ ਇੱਥੇ ਮਾਖੀ ਬੰਦ ਜਾਂਦਾ ਜਿਹੜੇ ਮਾਖੀ ਸਾਫ਼ ਹੁੰਦੇ ਜਾਂਦੇ ਤੁਨ ਕੱਟਦੇ ਜਾ ਸਨ ਮੂੰਗ ਸੁੱਕੀ ਬਾਲਟੀ ਅਤੇ ਆਹ ਜੀ ਕੱਪੜਾ ਆ ਗਿਆ ਇਸ ਕੱਪੜੇ 'ਚ ਅਸਾਂ ਜੀ ਇਹਨੂੰ ਫਿਲਟਰ ਕਰ ਦਿੱਤਾ ਅਤੇ ਆਹ ਦੋ ਮਿੰਟਾਂ ਦੇ ਵਿੱਚ ਮੱਖ ਵੀ ਲੈ ਗਿਆ ਔਰ ਫਿਲਟਰ ਵੀ ਹੋ ਗਿਆ ਅਤੇ ਆਹ ਵੇਖੋ ਜੀ ਇਸ ਕੱਪੜੇ ਦੇ ਵਿੱਚ ਮੱਖ ਜੀ ਫਿਲਟਰ ਹੋ ਰਹੀ ਹੈ ਅਤੇ ਆਹ ਵੇਖ ਕਿਆ ਬਾਤ ਆਹ ਲਓ ਜੀ ਇਹ ਤੁਹਾਡਾ ਅੱਖਾਂ ਦੇ ਸਾਹਮਣੇ ਜਨਾਬ ਸਾਡੇ ਯਾਸੀਨ ਭਾਈ ਨੇ ਅਤੇ ਸਾਨੂੰ ਤਾਂ ਦੂਰ ਖਲੋ ਕੇ ਤਾਂ ਬੜਾ ਡਰ ਲੱਗਦਾ ਅਤੇ ਇਹਨਾਂ ਨੇ ਤਾਂ ਮਾਸ਼ਾਅੱਲਾ ਉੱਤੇ ਕਮੀਜ਼ ਲਾਹ ਕੇ ਚੜ੍ਹ ਗਏ ਸੀ ਅਤੇ ਫਿਰ ਬੰਦੇ ਦਾ ਜਿਹੜਾ ਨਾ ਉਹ ਹੁਨਰ ਅਤੇ ਬੰਦੇ ਦਾ ਕੌਨਫੀਡੈਂਸ ਵੀ ਹੁੰਦਾ ਅੱਛਾ ਜੀ ਅਸਲਾਮ ਵਾਲੇਕਮ ਭਾਈ ਜੀ ਬਹੁਤ ਸ਼ੁਕਰੀਆ ਆਪਕਾ ਆਪਣੇ ਜੋ ਹੈ ਨਾ ਬਹੁਤ ਜ਼ਬਰਦਸਤ ਤਰੀਕੇ ਸੇ ਸ਼ਹਿਦ ਕੋ ਉਤਾਰਾ ਬਹੁਤ ਸ਼ੁਕਰੀਆ ਆਪਕਾ